ਪਟਿਆਲਾ ਪ੍ਰਸ਼ਾਸਨ ਵੱਲੋਂ ਅੱਜ ਬਾਲਮੀਕੀ ਮੰਦਿਰ ਦੀ ਜ਼ਮੀਨ ਤੇ ਹੋਏ ਕਬਜ਼ੇ ਨੂੰ ਹਟਾ ਦਿੱਤਾ ਗਿਆ। ਪਿਛਲੇ ਕੁਝ ਸਮੇਂ ਤੋਂ ਬਾਲਮੀਕੀ ਮੰਦਿਰ ਦੇ ਨਾਲ ਪਈ ਜ਼ਮੀਨ ਤੇ ਨਜਾਇਜ਼ ਤੌਰ ਤੇ ਕਮਰਾ ਬਣਾ ਕੇ ਕੁਝ ਲੋਕ ਰਹਿ ਰਹੇ ਸਨ, ਪਰ ਬਾਲਮੀਕੀ ਸਮਾਜ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕਰਨ ਤੋਂ ਬਾਅਦ ਅੱਜ ਇਹ ਕਬਜ਼ਾ ਪ੍ਰਸ਼ਾਸਨ ਵੱਲੋਂ ਹਟਾ ਦਿੱਤਾ ਗਿਆ। ਵੈਤਨਾ ਇਹਨਾਂ ਦਾ ਆਪਸੀ ਝਗੜਾ ਹੈਗਾ ਸੀ, ਝਗੜੇ ਕਰਕੇ ਮੰਨ ਲਓ ਉਪ ਮੰਡਲ ਮੈਜਿਸਟਰੇਟ ਪਟਿਆਲਾ ਵੱਲੋਂ ਫਿਰ ਤੇ ਜੇ ਧਾਰਾ 145-146 ਲਾਈ ਗਈ ਸੀ, ਜਿਹਦੇ ਵਿੱਚ ਪਹਿਲਾਂ ਅਸੀਂ 12 ਤਰੀਕ ਨੂੰ ਇੱਥੇ ਕਬਜ਼ਾ ਲੈਣ ਆਏ ਸੀ, ਪਰ ਇਹਦੇ ਵਿੱਚ ਕੋਰਟ ਦੀ ਸਟੇਅ ਹੈਗੀ ਸੀ। ਹੁਣ ਉਹ ਕੋਰਟ ਦੀ ਸਟੇਅ ਜਿਹੜੀ ਹੈਗੀ ਹੈ ਵਕੇਟ ਹੋ ਗਈ ਹੈਗੀ ਹੈ, ਹੁਣ ਕੋਈ ਇਹਨਾਂ ਦੇ ਔਰਡਰ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਸਟੇਅ ਨਹੀਂ ਹੈਗੀ 45 ਦੇ ਔਰਡਰ ਦੇ ਖਿਲਾਫ਼। ਇਸ ਕਰਕੇ ਅੱਜ ਬਤੌਰ ਰਿਸੀਵਰ ਮੈਂ ਕਬਜ਼ਾ ਲੈ ਲਿਆ, ਜਿਹੜਾ ਕਿ ਪਟਵਾਰੀ ਨੂੰ ਅੱਗੇ ਸਪੁਰਦਗੀ ਦੇਤੀ ਹੈਗੀ ਹੈ ਤਾਂ ਕਿ ਸਮੇਂ ਸਮੇਂ 'ਤੇ ਮੰਦਰ ਦੀ ਮਰਿਆਦਾ ਮੁਤਾਬਕ ਇਹਨੂੰ ਖੁੱਲ੍ਹਾ ਰੱਖਿਆ ਜਾ ਸਕੇ ਅਤੇ ਧੂਫ ਬੱਤੀ ਮਰਿਆਦਾ ਮੁਤਾਬਕ ਹੋ ਸਕੇ, ਤਾਂ ਆਪਣੇ ਕਬਜ਼ੇ 'ਚ ਲੈ ਕੇ ਅੱਗੇ ਨੂੰ ਟਾਈਮ ਟਾਈਮ 'ਤੇ ਖੁੱਲ੍ਹਾ ਰੱਖਣ ਵਾਸਤੇ ਪਟਵਾਰੀ ਨੂੰ ਦੇਤੀ ਤਾਂ ਕਿ ਉਹ ਸਮੇਂ ਸਮੇਂ 'ਤੇ ਰੱਖੇ। ਜੇ ਸਾਨੂੰ ਕੋਈ ਬੰਦਾ ਰੱਖਣ ਦੀ ਲੋੜ ਪਈ, ਪਟਵਾਰੀ ਰਿਪੋਰਟ ਕਰੂਗਾ, ਤਾਂ ਉਹਦੇ ਮੁਤਾਬਕ ਅਸੀਂ ਬਿਨਾਂ ਕਿਸੇ ਤੋਂ ਕੋਈ ਬੰਦਾ ਸੇਵਾ ਭਾਵਨਾ ਨਾਲ ਕਰਨਾ ਚਾਹੂਗਾ ਤਾਂ ਅਸੀਂ ਬੰਦਾ ਰੱਖਦੇ ਹਾਂ। ਤਾਂ ਜਿਹੜਾ ਇਹ ਮੈਟਰ ਹੈ ਜੀ, ਉਰੇ 2006 ਦੇ ਵਿੱਚ ਸਾਰਦਾ ਦੇਵੀ ਸਾਡੇ ਕੌਂਸਲਰ ਹੁੰਦੇ ਸੀ, ਉਹਨਾਂ ਦੀ ਰਹਿਣ ਬਾਈ ਦੇ ਵਿੱਚ ਉਰੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਇਹ ਕਮਰਾ ਪਿੱਛੇ ਤੁਸੀਂ ਦੇਖ ਰਹੇ ਹੋ, ਇਸ ਜਗ੍ਹਾ ਦੇ ਉੱਪਰ ਇੱਕ ਛੋਟਾ ਮੰਦਰ ਪੂਰੇ ਪਟਿਆਲੇ ਦੇ ਵਾਲਮੀਕੀ ਸਮੂਹ ਭਾਈਚਾਰੇ ਵੱਲੋਂ ਬਣਾਇਆ ਗਿਆ ਸੀ, ਨਿਸ਼ਾਨ ਸਾਹਿਬ ਵੀ ਲਾਇਆ ਗਿਆ ਸੀ, ਔਰ 2011 ਦੇ ਵਿੱਚ ਪੂਰੇ ਪਟਿਆਲੇ ਦੇ ਵਾਲਮੀਕੀ ਭਾਈਚਾਰਾ ਇਕੱਠਾ ਹੋ ਕੇ ਉਦੋਂ ਬੀਬੀ ਸਾਡੇ ਨਿਰਮਲਾ ਦੇਵੀ ਜੀ ਕੌਂਸਲਰ ਸਾਹਿਬ ਦੇ ਅਤੇ ਇਹ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਸਾਹਮਣੇ ਦਰਬਾਰ ਦੇਖ ਰਹੇ ਆਪਾਂ, ਇਹ ਤਿਆਰ ਕੀਤਾ ਗਿਆ ਸੀ, ਜਿਹਦੇ ਬਿੱਲ ਵੀ ਸਾਡੇ ਕੋਲ 2011 ਦੇ ਪਏ ਨੇ। ਉਸ ਤੋਂ ਬਾਅਦ ਹਰ ਸਾਲ ਇੱਥੇ ਜੀ ਪ੍ਰੋਗਰਾਮ ਹੁੰਦਾ, ਪੂਰੇ ਸ਼ਹਿਰ ਦੇ ਅਲੱਗ ਅਲੱਗ ਕਲੋਨੀਆਂ ਤੋਂ ਬੰਦੇ ਆਉਂਦੇ ਆ ਇਕੱਠੇ ਹੋ ਕੇ ਉਹਦੇ ਪ੍ਰੋਗਰਾਮ ਪੂਰੇ, ਕਿਉਂਕਿ ਪਟਿਆਲੇ ਦੀ ਜਿਹੜੀ ਸਾਂਝੀ ਜਗ੍ਹਾ ਜੀ ਇਹ ਪੂਰੇ ਪਟਿਆਲੇ ਦੇ ਇੱਕ ਇੱਕ ਵਾਲਮੀਕੀ ਭਾਈਚਾਰੇ ਦੀ ਜਗ੍ਹਾ, ਔਰ ਇੱਥੇ ਇੱਕ ਸਾਡਾ ਹੀ ਸ਼ਰਾਰਤੀ ਅਨਸਰ ਸਾਡੇ ਸਮਾਜ ਦਾ, ਜਿਹਨੇ ਮਾਣਯੋਗ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ, ਮਹਾਰਾਣੀ ਪ੍ਰਨੀਤ ਕੌਰ ਜੀ ਨੇ, ਕਿ ਜਿਹਨਾਂ ਨੂੰ ਉਸ ਬੰਦੇ ਨੇ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਕਹਿੰਦਾ ਜੀ ਮੇਰੀ ਸਰਕਾਰ ਆ ਗਈ 3 ਮਹੀਨੇ ਪਹਿਲਾਂ ਜਦੋਂ ਕਾਂਗਰਸ ਪਾਰਟੀ ਜਿੱਤੀ ਹੈ, ਕਹਿੰਦਾ ਸਾਨੂੰ ਪੂਰੇ ਬੁਲਾਇਆ ਜੀ ਉਸ ਬੰਦੇ ਨੇ, ਕਹਿੰਦਾ ਜੀ ਮੈਂ ਉਹ ਮੰਦਰ ਨੂੰ ਪਲਸਤਰ ਕਰਾ ਦਾਂ, ਅਸੀਂ ਕਿਹਾ ਕਰਾ ਦਿਓ ਜੀ ਤੁਸੀਂ ਪਲਸਤਰ ਕਰਾ ਦਿਓ, ਪਲਸਤਰ ਕਰਾ ਕੇ ਜੀ ਅਤੇ ਉਸ ਤੋਂ ਬਾਅਦ ਆਹ ਕਮਰਾ ਪਾ ਲਿਆ ਜੀ। ਅਸੀਂ ਪੁੱਛਿਆ ਵੀ ਇਹ ਕਮਰਾ ਕਾਹਦੇ ਵਾਸਤੇ ਬਣਾਇਆ ਤੂੰ, ਕਹਿੰਦਾ ਜੀ ਆਪਾਂ ਉਰੇ ਪੂਰੇ ਸਮਾਜ ਦਾ ਜਿਹੜਾ ਸਟੋਰ ਟੈਪ ਇਹਨੂੰ ਵਰਤਾਂਗੇ, ਲੰਗਰ ਪਾਣੀ ਦਾ ਸਮਾਨ, ਭਾਂਡੇ ਟਿੱਕਰ ਵਗੈਰਾ ਜੋ ਵੀ ਲੰਗਰ ਵਾਸਤੇ ਭੱਠੀਆਂ ਵਗੈਰਾ ਹੁੰਦੀਆਂ ਵੀ ਉਹਦੇ ਵਾਸਤੇ ਬਣਾਇਆ ਜੀ। ਉਸ ਤੋਂ ਬਾਅਦ ਜੀ ਜਦੋਂ ਕਮਰਾ ਤਿਆਰ ਹੋ ਗਿਆ, 10-15 ਦਿਨਾਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਸ ਜਗ੍ਹਾ ਦੇ ਉੱਪਰ ਉਹਨੇ ਆਪਣੀ ਗੋਰੀ ਕਾਕੀ ਨਾਂ ਦੀ ਆਪਣੀ ਮਾਸੀ ਉਹ ਇੱਥੇ ਕਾਬਜ਼ ਕਰਤੀ, ਤਾਂ ਪੂਰੇ ਸਮਾਜ ਦੀ ਭਾਵਨਾ ਨੂੰ, ਪੂਰੇ ਸਾਰਿਆਂ ਦੇ ਦਿਲ ਨੂੰ ਬੜੀ ਚੋਟ ਵੱਜੀ। ਕਿਉਂਕਿ ਉਹ ਚੋਟ ਕਿਉਂ ਵੱਜੀ, ਕਿਉਂਕਿ ਇਹ ਖਾਨਦਾਨੀ ਪੇਸ਼ਾ ਇਹਨਾਂ ਦਾ ਮੰਦਰਾਂ 'ਤੇ ਕਬਜ਼ਾ ਕਰਨਾ। ਤੁਹਾਡੀ ਮੈਂ ਇੱਕ ਜਾਣਕਾਰੀ 'ਚ ਹੋਰ ਗੱਲ ਪਾ ਦਾਂ ਕਿ ਰਾਜਪੁਰਾ ਰੋਡ ਦੇ ਉੱਪਰ ਮਾਤਾ ਸੀਤਲਾ ਦੇਵੀ ਜੀ ਦਾ ਮੰਦਰ ਹੈ, ਉੱਥੇ ਸਾਡੇ ਬਜ਼ੁਰਗਾਂ ਤੋਂ ਇਹਨਾਂ ਦੇ ਬਜ਼ੁਰਗ ਸੇਵਾ ਕਰਨ ਵਾਸਤੇ ਗਏ ਸੀ, ਔਰ ਅੱਜ ਜਾ ਕੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹਨਾਂ ਨੇ ਅੰਦਰ ਮਾਤਾ ਜੀ ਦਾ ਮੰਦਰ ਛੋਟਾ ਅਤੇ ਆਪਣੇ ਜਿਹੜੇ ਕਮਰੇ ਆ ਉਹ ਬਹੁਤ ਵੱਡੇ ਬਣਾ ਲਏ। ਔਰ ਦੂਸਰੀ ਗੱਲ, ਉਸ ਤੋਂ ਬਾਅਦ ਆ ਜਾਓ ਜੀ ਨਿਰੰਕਾਰੀ ਭਵਨ ਦੇ ਕੋਲ, ਉੱਥੇ ਵੀ ਬੀਬੜੀਆਂ ਦਾ ਮਾਤਾ ਦਾ ਮੰਦਰ ਹੈ, ਉੱਥੇ ਵੀ ਆਪਣੀ ਮਾਸੀ ਦਾ ਕਬਜ਼ਾ ਕਰਵਾ ਦਿਆ। ਸਮਾਜ ਨੂੰ ਇਹ ਦੁੱਖ ਲੱਗਿਆ ਵੀ ਇਹ ਬੰਦੇ ਪੂਰੇ ਖਾਨਦਾਨੀ ਹੀ ਪੇਸ਼ਾਵਰ ਇੱਕ ਕਬਜ਼ਾਧਾਰੀ ਬਣ ਗਏ, ਇਸ ਕਰਕੇ ਸਾਨੂੰ ਪੂਰੇ ਸਮਾਜ ਨੇ ਵਿਰੋਧ ਕੀਤਾ, ਔਰ ਅੱਜ ਫਿਰ ਉਸ ਤੋਂ ਬਾਅਦ ਕੋਰਟ 'ਚ ਵੀ ਗਿਆ, ਕੋਰਟ ਦੇ ਵਿੱਚ ਤੋਂ ਬਾਅਦ ਵੀ
ਜਿਹੜੀ ਇਹਨੇ ਸਟੇ ਲਈ ਸੀ ਉਹ ਸਟੇ ਡਿਸਮਿਸ ਹੋ ਗਈ। ਸੋ ਅੱਜ ਜਿਹੜਾ ਪ੍ਰਸ਼ਾਸਨ ਹੈ ਉਹ ਤੁਹਾਡੇ ਸਾਹਮਣੇ ਬੈਠਿਆ ਸਾਰਾ, ਉਹਨਾਂ ਨੇ ਅੱਜ ਸਾਨੂੰ ਪਤਾ ਲੱਗਾ ਕਿ ਇਹ ਜਿਹੜਾ ਸਮਾਨ ਹੈ ਇਹ ਦੁਬਾਰਾ ਉਰੇ ਰੱਖਣ ਲੱਗ ਰਹੇ ਹੈ, ਵੀ ਜਦੋਂ ਪ੍ਰਸ਼ਾਸਨ ਆਊਗਾ ਤਾਂ ਉਹ ਸਮਾਨ ਮੇਰੇ ਕੋਲ ਸਾਰਾ ਬਾਹਰ ਪਿਆ। ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਰੇ ਆ ਗਏ ਅਤੇ ਅਸੀਂ ਸਮਾਨ ਰੱਖਣ ਨਹੀਂ ਦਿੱਤਾ ਅਤੇ ਇਹਨੇ ਸਾਰਾ ਪ੍ਰਸ਼ਾਸਨ ਆ ਗਿਆ, ਉਹ ਸਮਾਨ ਬਾਹਰ ਪਿਆ ਅਤੇ ਹੁਣ ਭੱਜ ਗਏ ਜੀ ਮੌਕੇ ਤੋਂ। ਪਟਿਆਲਾ ਤੋਂ SM1 ਨਿਊਜ਼ ਦੇ ਲਈ ਬਲਜੀਤ ਸਰਨਾ ਦੀ ਰਿਪੋਰਟ।